ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਘੁੰਮ ਰਹੇ ਆ ਨਾਗਾ ਲੈਂਡ ਦੇ ਪਿੰਡ ਤੇ ਬਰਮਾ ਦੇ ਆਸ-ਪਾਸ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗਾ ਜਿਹੜਾ ਬਰਮਾ ਤੇ ਭਾਰਤ ਦੇ ਬਾਰਡਰ ਤੇ ਵਸਿਆ ਹੋਇਆ ਪਿੰਡ ਸੀਗਾ ਅੱਜ ਫੇਰ ਬੱਦਲਬਾਈ ਬਹੁਤ ਜ਼ਿਆਦਾ ਇੱਥੇ ਤੇ ਜਿੱਥੇ ਦੇ ਅਸੀਂ ਆਏ ਆ ਹਮੇਸ਼ਾ ਸਾਨੂੰ ਬੱਦਲਬਾਈ ਹੀ ਮਿਲੀ ਹੈ ਬਹੁਤ ਘੱਟ ਦਿਨ ਹੋਇਆ ਕਦੇ-ਕਦੇ ਈ ਧੁੱਪ ਵੈਸੇ ਨਿਕਲ ਵੀ ਆਉਂਦੀ ਹੈ ਬਾਕੀ ਅਜੇ ਸਵੇਰ ਦਾ ਟਾਈਮ ਹੈ ਸਵੇਰੇ ਸਵੇਰੇ ਇੱਥੇ ਮੌਸਮ ਇਹੋ ਜਿਹਾ ਹੁੰਦਾ ਹੈਗਾ ਤੇ ਦਿਨੇ 10 11 ਵਜੇ ਤੋਂ ਧੁੱਪ ਵੀ ਨਿਕਲੇ ਹੁੰਦੀ ਹੈ ਹੋ ਸਕਦਾ ਸੂਰਜ ਨਿਕਲੇ ਆਵੇ ਬੱਦਲਾਂ ਚ ਕੋਸ਼ਿਸ਼ ਤਾਂ ਕਰ ਰਿਹਾ ਕੋਈ ਬਾਹਰ ਨਿਆਉਣ ਦੀ ਸੂਰਜ ਪਿੰਡ ਦੇ ਬਾਹਰ ਬਾਹਰ ਅਸੀਂ ਇਹ ਮੇਨ ਹਾਈਵੇ ਹੈ ਮੇਨ ਰੋਡ ਤੇ ਆ ਕੇ ਅਸੀਂ ਖੜ ਗਏ ਤੇ ਅਸੀਂ ਇੱਥੋਂ ਦੇਖਦੇ ਹਾਂ ਹੁਣ ਜੇ ਸਾਨੂੰ ਕੋਈ ਗੱਡੀ ਜਾਂ ਲਿਫਟ ਮਿਲੂਗੀ ਇੱਕ ਵਾਰ ਜਿਹੜਾ ਇੱਥੋਂ ਟਾਊਨ ਪੈਂਦਾ ਥੋੜੀ ਦੂਰ ਤੇ ਜਿਵੇਂ ਮੂਨ ਪਿੰਡ ਪੈਂਦਾ ਹੈ ਨਾ ਆਪਾਂ ਉੱਥੇ ਤੱਕ ਜਾਣਾਗਾ ਤੇ ਉੱਥੋਂ ਫਿਰ ਦੇਖਦੇ ਹਾਂ ਜੇ ਸਾਨੂੰ ਕੋਈ ਅੱਗੇ ਜਿਹੜਾ ਟੈਕਸੀ ਮਿਲਦੀ ਹੈ ਤਾਂ ਟੈਕਸੀ ਤੇ ਜਾਵਾਂਗੇ ਜੋ ਕੋਈ ਵੈਸੇ ਜਾਂਦਾ ਹੋਇਆ ਲਿਫਟ ਮਿਲਦੀ ਹੋਈ ਤਾਂ ਲਿਫਟ ਟਰਾਈ ਕਰਾਂਗੇ ਤੇ ਇੱਥੇ ਪਿੰਡਾਂ ਚ ਆਉਣ ਜਾਣ ਦੇ ਸਾਧਨ ਵੀ ਵੈਸੇ ਘਾਟੀ ਆ ਤੇ ਜੇ ਕੋਈ ਮਾੜਾ ਮੋਟਾ ਲੋਕ ਸ਼ਹਿਰ ਨੂੰ ਜਾਂਦੇ ਆ ਤਾਂ ਉਹ ਨਾਲ ਬਿਠਾ ਕੇ ਜ਼ਰੂਰ ਲੈ ਜਾਂਦੇ ਆ ਬਾਕੀ ਜੋ ਸਾਨੂੰ ਤਾਂ ਕੋਈ ਵੀ ਟਰੱਕ ਬੱਸ ਗੱਡੀ ਕੁਝ ਵੀ ਮਿਲਦਾ ਹੋਇਆ ਅਸੀਂ ਲੈ ਲੈਣਾ ਤੇ ਜਲਦੀ ਤੋਂ ਜਲਦੀ ਆਪਣਾ ਚ ਸਫ਼ਰ ਸ਼ੁਰੂ ਕਰਨਾ ਆ ਜਾਂਦਾ ਰਹੀਆਂ ਹਨਾ ਪਰ ਰੁਕਦੀ ਨਹੀਂ ਕੋਈ ਖੁੱਲ ਟੈਕਸੀ ਵਾਲਾ ਤਾਂ ਵੈਸੇ ਆਪਦੇ ਆਪ ਹੀ ਰੋਕ ਲੈਂਦਾ ਹੁੰਦਾ ਹੈਗਾ ਸਾਨੂੰ ਨਾ ਹੁਣ ਪੈਦਲੀ ਥੋੜਾ ਥੋੜਾ ਤੁਰਕੇ ਜਾਣਾ ਪੈ ਰਿਹਾ ਲਗਭਗ ਅੱਧੇ ਘੰਟੇ ਦੀ ਵੇਟ ਕਰ ਲਈ ਅਸੀਂ ਕੋਈ ਟੈਕਸੀ ਨਹੀਂ ਮਿਲੀ ਸਾਨੂੰ ਇਹ ਜਿਹੜੇ ਪਿੰਡ ਨੇ ਇੱਥੇ ਘੱਟੀ ਸਾਧਨ ਹੁੰਦੇ ਨੇ ਇਹ ਜੇ ਤੇ ਰਾਹ ਜਾਂਦੇ ਜਾਂਦੇ ਸ਼ਾਇਦ ਕੋਈ ਮਿਲ ਵੀ ਜਾਵੇ ਤਾਂ ਚੜਜਾਂਗੇ ਵੈਸੇ ਵੀ ਥੱਲੇ ਪਹਾੜ ਦੀ ਢਲਾਨ ਹੈ ਤੁਰੇ ਤੁਰੇ ਜਾਣਾ ਸੌਖਾ ਹੈਗਾ ਇੱਥੇ ਨਾ ਸੜਕਾਂ ਬਣੀਆਂ ਨਹੀਂ ਹੋਈਆਂ ਜੇ ਸਾਰੀਆਂ ਕੱਚੀ ਨੇ ਤੇ ਰਾਹ ਰਸਤੇ ਕੱਚੀ ਨੇ ਇਹਨਾਂ ਨੂੰ ਇਹ ਹਾਈਵੇ ਬੋਲ ਦਿੰਦੇ ਆ ਤੇ ਜੇਰੋਂ ਕਿਸੇ ਪਿੰਡ 'ਚ ਜਾ ਕੇ ਪੁੱਛੋ ਨਾ ਵੀ ਸੜਕ ਜਾਓ ਕਿੱਥੋਂ ਮਿਲੂਗੀ ਕਹਿੰਦੇ ਨੇ ਹਾਈਵੇ ਤੇ ਜਾ ਕੇ ਖੜਜੋ ਵੀ ਹਾਈਵੇ ਤੋਂ ਮਿਲ ਜੂਗੀ ਤੇ ਬੱਸਾਂ ਵਗੈਰਾ ਵੀ ਇਧਰ ਯਾਰ ਘੱਟ ਹੀ ਚੱਲਦੀਆਂ ਜ਼ਿਆਦਾ ਚੱਲਦੀ ਨਹੀਂ ਹੈਗੀਆਂ ਹੁਣ ਇੱਥੇ ਆਏ ਦੋ ਤਿੰਨ ਰਸਤੇ ਇੱਥੇ ਮਿਲਦੇ ਹੈਗੇ ਜਿੱਥੇ ਅਸੀਂ ਤੁਰ ਕੇ ਆਇਆ ਤੇ ਇੱਥੇ ਵੇਟ ਕਰਦੇ ਆਂ ਜਿੱਥੋਂ ਸਾਨੂੰ ਕੁਝ ਨਾ ਕੁਝ ਮਿਲ ਜੂਗਾ ਹਨਾ ਜਿਹੜੇ ਰਸਤੇ ਤੇ ਅਸੀਂ ਆ ਕੇ ਖੜਿਆ ਨਾ ਇੱਥੋਂ ਦੋ ਤਿੰਨ ਪਾਸਿਓਂ ਰਸਤਾ ਆਉਂਦਾ ਹੈਗਾ ਤੇ ਇਧਰਲੇ ਪਾਸਿਓਂ ਵੀ ਆਉਂਦਾ ਇੱਕ ਰਸਤਾ ਇਧਰਲੇ ਪਾਸਿਓਂ ਵੀ ਆਉਂਦਾ ਥੱਲੋਂ ਵੀ ਆਉਂਦਾ ਤੇ ਇੱਥੇ ਸਾਨੂੰ ਮਤਲਬ ਪੂਰੀ ਉਮੀਦ ਹੈ ਵੀ ਡੈਫੀਨੇਟਲੀ ਕੋਈ ਨਾ ਕੋਈ ਸਾਨੂੰ ਇੱਥੇ ਗੱਡੀ ਕਾਰ ਕੁਛ ਨਾ ਕੁਛ ਮਿਲ ਜਾਣਾ ਹੈ ਤੇ ਇੱਥੇ ਨਾਰਥ-ਈਸਟ ਚ ਜਦੋਂ ਵੀ ਤੁਸੀਂ ਘੁੰਮੋਗੇ ਖਾਸ ਕਰਕੇ ਨਾਗaland ਦੀ ਨਹੀਂ ਮੈਂ ਕੱਲੀ ਗੱਲ ਕਰ ਰਿਹਾ ਕੋਈ ਵੀ ਸਟੇਟ ਘੁੰਮੋਗੇ ਤੇ ਤੁਹਾਡੇ ਚ ਪੇਸ਼ੈਂਸ ਬਹੁਤ ਚਾਹੀਦੀ ਹੈ ਤੁਹਾਨੂੰ ਟਾਈਮ ਲੱਗ ਜਾਂਦਾ ਇੱਥੇ ਘੁੰਮਣ ਉਹ ਇੱਕ ਗੱਡੀ ਆਉਂਦੀ ਦਿਖਦੀ ਹੈ ਤੇ ਗੱਡੀ ਨੂੰ ਪੁੱਛਦੇ ਆ ਉਹ ਕਿੱਧਰ ਨੂੰ ਜਾਊਗੀ ਕੰਦੇ ਮਿਲ ਜਾਂਦੇ ਆ ਇਹ ਪਰ ਬਿਠਾ ਕੇ ਨਹੀਂ ਲੈ ਕੇ ਜਾਂਦੇ ਕਿਸੇ ਹੋਰ ਪਾਸੇ ਨੂੰ ਜਾਂਦੇ ਆ ਕੈਸੇ ਹੋ ਜੀ ਠੀਕ ਹੈ ਜੀ ਬਾਜੀ ਠੀਕ ਹੋ ਬਾਜੀ ਠੀਕ ਹੋ ਇੱਥੇ ਦੇ ਲੋਕ ਜਾਣਦੇ ਸਾਰੇ ਪੰਜਾਬੀ ਇਹਨੂੰ ਠੀਕ ਹੈ ਬਾਜੀ ਪੰਜਾਬ ਜਾ ਕੇ ਆਇਆ ਕਹਾਂ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਹੈ ਓਕੇ 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 ਬਾਈ ਓਕੇ ਬ੍ਰੋ ਥੈਂਕ ਯੂ ਸਾਨੂੰ ਨਹੀਂ ਬਿਠਾਉਂਦਾ ਕੋਈ ਗਾਡੀ ਮਿਲ ਜਾਏਗਾ ਕੋਈ ਜਾਂ ਗਾਡੀ ਨਹੀਂ ਮਿਲਦਾ ਇਧਰ ਸੇ ਗਾਡੀ ਮਿਲ ਜਾਂਦਾ ਹੈ ਜਾਣੇ ਕੇ ਲਈ तो अभी तो पता नहीं हैदो आ यहाँ गाड़ी का बस का टाइम का कोई भरोसा नहीं है ना? थोड़ा, थोड़ा यहाँ टाइम गाड़ी कम चल रहा है या नहीं है फ्रे, कल फ्राइडेड बस, बस, बस हफ्ते में एक बार ही आता है क्या चलो नहीं नहीं बस एक बार ही आता है इधर दिन में फ्राइडे अच्छा वीक में दो तीन बार ही आता है बस हां हां बस ਤੁਸੀਂ ਇਹ ਦੇਖ ਲਓ ਜਿਹੜੇ ਕਿਹੜੇ ਇਲਾਕਿਆਂ ਚ ਫਿਰਦੇ ਆਂ ਇੱਥੇ ਹਫਤੇ 'ਚ ਇੱਕ ਇੱਕ ਦੋ ਵਾਰੀ ਬਸ ਆਏਗਾ ਇਸੇ ਜ਼ਿਆਦਾ ਨਹੀਂ ਆਏਗਾ ਇੰਡੀਵਿਜੂਅਲ ਗੱਡੀ ਕਿਤੇ ਮਿਲ ਇੰਡੀਵਿਵਿਜੂਅਲ ਗੱਡੀ ਮਿਲਦਾ ਹੈ ਪ੍ਰਾਈਵੇਟ ਕਰਨੇ ਸੇ ਜਾਏਗਾ ਫਾਈਨਲੀ ਆਪਾਂ ਨੂੰ ਗੱਡੀ ਮਿਲ ਗਈ ਤੇ ਇੱਕ ਤਾਂ ਲੈਂਗੁਏਜ ਦੀ ਪ੍ਰੋਬਲਮ ਸੀ ਇਹ ਬਾਈ ਨੇ ਗੱਡੀ ਲੱਭ ਕੇ ਦਿੱਤੀ ਹੈਗੀ ਤੇ ਇਹ ਆਪਾਂ ਨੂੰ ਛੱਡੂਗੀ ਥੋੜੀ ਦੂਰ ਤੱਕ ਫਿਰ ਅੱਗੇਲਾ ਅਗਲਾ ਆਪਾਂ ਸਾਧਨ ਦੇਖਾਂਗੇ ਐ ਲੋਕ ਮਦਦ ਵੀ ਕਰਦੇ ਯਾਰ ਖੁਜੀ ਆਪ ਹੀ ਬੈਗ ਰੱਖ ਦਿੰਨਾ ਮੇਰੇ ਵਿੱਚ ਹਨਾ ਸ਼ੁਕਰੀਆ ਭਾਈ ਜਾਨ ਥੈਂਕ ਯੂ ਥੈਂਕ ਯੂ ਸੋ ਮੱਚ ਬੈਗ ਰੱਖਦੇ ਭਾਈ ਲੈ ਭਈ ਪਾਈਏ ਚੱਲੇ ਆਪਣੇ ਨਵੇਂ ਸਫਰ ਵਾਲਾ ਚ ਥੋ ਅੱਜ ਬਹੁਤ ਲੇਟ ਕਰਨਾ ਪਿਆ ਮਸਾਂ ਲਿਫਟ ਮਿਲੀ ਅਭੀ ਖੈਰ ਆਪਾਂ ਇਹਨੂੰ ਲਿਫਟ ਤਾਂ ਨਹੀਂ ਕਹਿ ਸਕਦੇ ਤੇ ਵੈਸੇ ਤਾਂ ਪੈਸੇ ਲੈਂਦੇ ਹੁੰਦੇ ਆ ਸਾਰੇ ਯਾਨੀ ਜਿਹਦੇ ਮਰਜ਼ੀ ਦਿਖ ਲੋ ਹਰੇਕ ਬੰਦਾ ਇੱਥੇ ਪੈਸੇ ਲੈਂਦਾ ਹੈਗਾ ਖੈਰ ਚੱਲ ਆਪਾਂ ਨੂੰ ਮਿਲ ਗਈ ਕਾਰ ਮਿਲ ਗਈ ਹੁਣ ਕਿਸੇ ਟਿਕਾਣੇ ਤੱਕ ਅੱਗੇ ਜਿਹੜਾ ਟਾਊਨ ਹੁ ਉੱਥੇ ਤੱਕ ਪਹੁੰਚਦੇ ਆਪਾਂ ਉਹ ਰਾਤ ਪੈ ਗਈ ਆ ਰਸਤੇ ਚ ਤੇ ਹੁਣ ਅਸੀਂ ਕਿਸੇ ਦੇ ਘਰੇ ਇੱਥੇ ਸਟੇ ਕੀਤਾ ਹੈਗਾ ਤੇ ਖਾਣ ਪੀਣ ਨੂੰ ਉਹ ਇਹਨਾਂ ਦੇ ਇਹ ਕਹਿੰਦੇ ਵੀ ਸਾਡੇ ਕੋਲ ਤਾਂ ਆਪਣਾ ਫੂਡ ਹੈਗਾ ਤੁਸੀਂ ਆਪਣਾ ਬਣਾ ਲਓ ਰਸੋਈ 'ਚ ਤੇ ਹੈਂ ਫੂਡ ਦੱਸੋ ਤਾਂ ਸਹੀ ਕਿਹੜਾ ਤੇ ਇਹਨਾਂ ਕੋਲ ਦਾ ਬੀਫ ਬਫੈਲੋ ਵਗੈਰਾ ਇਹ ਖਾਂਦੇ ਸੀ ਅਸੀਂ ਆਖਿਆ ਵੀ ਅਸੀਂ ਇਹ ਖਾਣਾ ਨਹੀਂ ਹਨਾ ਤੇ ਇਹ ਕਹਿੰਦੇ ਵੀ ਤੁਸੀਂ ਫਿਰ ਆਪਣਾ ਕੁੱਕ ਕਰ ਲਓ ਹੁਣ ਅਸੀਂ ਇਹਨਾਂ ਦੀ ਰਸੋਈ 'ਚ ਆਪਣਾ ਸਾਰਾ ਸਮਾਨ ਬਣਾ ਰਹੇ ਹਾਂ ਇਹ ਬਾਈ ਜੀ ਦੇ ਘਰੇ ਰੁਕੇ ਹੋਈਆਂ ਸੀ ਹਾਏ ਥੈਂਕ ਯੂ ਫਾਰ ਗਿਵ ਯੂ ਅਸਟੇ ਥੈਂਕ ਯੂ ਤੇ ਇਹਨਾਂ ਦੇ ਘਰੇ ਰੁਕੇ ਹੋਏ ਇਹਨਾਂ ਦੀ ਕਿਚਨ ਹੈ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਕਿ ਇਹਨਾਂ ਦੇ ਖਾਣੇ ਪੀਣੇ ਇਹਨਾਂ ਦਾ ਸਾਰਾ ਕਿਵੇਂ ਹੁੰਦਾ ਹੈਗਾ ਕਿਉਂਕਿ ਪਹਿਲੀ ਵਾਰ ਨਾ ਬਿਲਕੁਲ ਅਸੀਂ ਲੋਕਲ ਲੈਵਲ ਤੇ ਸਟੇ ਕਰ ਰਹੇ ਆ ਕਿਸੇ ਦੇ ਘਰ ਚ ਹੁਣ ਸਾਡੇ ਵੱਲੋਂ ਕੰਡੇ ਕੱਟੇ ਜਾ ਰਿਹਾ ਹੈ ਦਾਲ ਸਬਜ਼ੀ ਚੌਲ ਚੂਲ ਬਣਾਉਨੇ ਆਪਦਾ ਚੌਲ ਚੂਲ ਬਣਾ ਕੇ ਖਾਣੇ ਆ ਤੇ ਠੰਡ ਯਾਰ ਬਾਹਰ ਬਹੁਤ ਜ਼ਿਆਦਾ ਮੀਂਹ ਪਈ ਜਾਂਦਾ ਹੈਗਾ ਤੇ ਅੰਦਰ ਵੀ ਇੱਥੇ ਠੰਡ ਲੱਗ ਰਹੀ ਹੈ ਲਾਈਟ ਵੀ ਹੈ ਨਹੀਂ ਇੱਥੇ ਤੁਸੀਂ ਦੇਖੋ ਇਹ ਜੀ ਡਿਮ ਜੀ ਲਾਈਟ ਹੁੰਦੀ ਹੈ ਇਹਨਾਂ ਦੇ ਘਰ ਦੀ ਤੇ ਬਾਕੀ ਇੱਧਰ ਇਹਨਾਂ ਨੇ ਸਾਨੂੰ ਅੱਗ ਬਾਲ ਕੇ ਦਿੱਤੀ ਆ ਕੰਦੇ ਠੰਡ ਲੱਗਦੀ ਇੱਥੇ ਸੇਕ ਸਕਦੇ ਹਾਂ ਤੁਸੀਂ ਇਹ ਚੁੱਲ੍ਹਾ ਹੈਗਾ ਇਹਨਾਂ ਦਾ ਇੱਥੇ ਹੁਣ ਬਹਿ ਕੇ ਸੇਕਦੇ ਆਂ ਤੇ ਬਾਕੀ ਸਵੇਰੇ ਕੁਝ ਫੈਮਿਲੀ ਨਾਲ ਵੀ ਮਿਲਾ ਦਾਂਗੇ ਜਿੰਨੀ ਵੀ ਇਹਨਾਂ ਦੀ ਫੈਮਿਲੀ ਹੈ ਘਰ ਵਰਗੀ ਮਾਹੌਲ ਹੈ ਉਵੇਂ ਹੀ ਲੱਗ ਰਿਹਾ ਜਿਵੇਂ ਪੰਜਾਬ ਵਿਚਾਂ ਬੱਸ ਮੈਨੂੰ ਲੱਗਦਾ ਤੇਲ ਤੂਲ ਮਚਾਵਾਂਗੇ ਅਸੀਂ ਬਹੁਤ ਜ਼ਿਆਦਾ ਪਤਾ ਵੀ ਨਹੀਂ ਤੇ ਗੰਡੇ ਪਾਉਣੇ ਆ ਪਹਿਲਾਂ ਫਿਰ ਮਿਰਚਾਂ ਪਾਉਣੀਆਂ ਫਿਰ ਟਮਾਟੇ ਪਾਉਣੇ ਆ ਫਿਰ ਤੇ ਤੜਕਾ ਬਣਾ ਦੇਣਾ ਇਹ ਦਾਲ ਬਣਾ ਲੈਣੀ ਆਪਾਂ ਇਹ ਇਹਨਾਂ ਦੀ ਰਸੋਈ ਆ ਦੇਖੋ ਕਿਵੇਂ ਕੜਾਈਏ ਤੇ ਇੱਥੇ ਕੰਕਣਸ 'ਚ ਫਰਕ ਆਉਂਦਾ ਕੋਈ ਲਓ ਜੀ ਖੁਸ਼ੀ ਜੀ ਆ ਗਏ ਇਹ ਚੱਲ ਗਏ ਸੀਗੇ ਕਿਸੇ ਪਾਸੇ ਤੇ ਇਹਨਾਂ ਦੀ ਹਾਜ਼ਰੀ ਜੀ ਬਣੋ ਸਾਰਾ ਇਹਨਾਂ ਟਿਸ਼ੂ ਟਿਸ਼ੂ ਲੈਣ ਗਏ ਸੀ ਇਹਨਾਂ ਨੂੰ ਤੜਕਾ ਚੜ ਗਿਆ ਛੱਕਾ ਤਾੜ ਤਾੜ ਮਾਰਦੇ ਹੁੰਦੇ ਫਿਰੇ ਜਿਵੇਂ ਬੰਮ ਫਟਦਾ ਹੁੰਦਾ ਹੈ ਇਹ ਸਾਡੀ ਆਂਟੀ ਜੀ ਨੇ ਜੀ ਤੇ ਇਹ ਇਹਨਾਂ ਦੇ ਬੇਟੀ ਨੇ ਏ ਆਂਟੀ ਨੇ ਇਹਨਾਂ ਦੇ ਜਿੰਨਾਂ ਦੇ ਆਪ ਘਰੇ ਰਹੇ ਆ ਤੇ ਇਹਨਾਂ ਦੇ ਬੇਟੀ ਨੇ ਵੈਸੇ ਥੋੜਾ ਥੋੜਾ ਸੰਗਦੇ ਨੇ ਹੈਨਾ ਚਾਈ ਫਿਲ ਚਾਈ ਇਹ ਵੀ ਹੁਣ YouTube ਤੇ ਆ ਜਾਣਗੇ ਆ ਦੇਖੋ ਯਾਰ ਵਿਚਾਰੇ ਕਿੰਨਾ ਪ੍ਰਬੰਧ ਕਰ ਰਹੇ ਆ ਸਾਨੂੰ ਚੁੱਲੇ ਕੋਲ ਨਾ ਇਹਨਾਂ ਨੇ ਆ ਲਾ ਕੇ ਦਿੱਤੀਆਂ ਮਤਲਬ ਟੇਬਲ ਵੀ ਲਾ ਕੇ ਦਿੱਤਾ ਨਾਲ ਆ ਅਸੀਂ ਦੁੱਧ ਗਰਮ ਕਰ ਲਿਆ ਚੌਲ ਹੋ ਗਏ ਫਰਾਈ ਕਰ ਲਏ ਆਪਦੇ ਤੇ ਹੁਣ ਖਾਣ ਪੀਣ ਲੱਗੇ ਆ ਕੱਲ ਨੂੰ ਹੁਣ ਆਪਣਾ ਸਫਰ ਅੱਗੇ ਵਧਾਵਾਂਗੇ ਅੱਜ ਦੀ ਖੂਬਸੂਰਤ ਗੱਲ ਇਹ ਆ ਵੀ ਇਹਨਾਂ ਨੂੰ ਆਂਟੀ ਹੋਰਿਆਂ ਨੂੰ ਸਾਡੀ ਲੈਂਗੁਏਜ ਨਹੀਂ ਆਉਂਦੀ ਹਿੰਦੀ ਨੋ ਹਿੰਦੀ ਇਹਨਾਂ ਨੂੰ ਨਾਗਾਮੇਸ਼ਾ ਆਉਂਦੀ ਆ ਤੇ ਸਾਨੂੰ ਹਿੰਦੀ ਆਉਂਦੀ ਆ ਮਾੜੀ ਮੋਟੀ ਜਾਂ ਇੰਗਲਿਸ਼ ਚ ਥੋੜੀ ਬਹੁਤੀ ਗੱਲਬਾਤ ਹੋਈ ਜਾਂਦੀ ਆ ਤੁਸੀਂ ਦੇਖੋ ਸਾਡੀਆਂ ਪਛਾਵਾਂ ਵੱਖ-ਵੱਖ ਆ ਫਿਰ ਵੀ ਇਹ ਸਾਡੀ ਮਦਦ ਕਰ ਰਹੇ ਦੇਖੋ ਕਿੰਨੇ ਹਸਮੁਖ ਲੋਕ ਆ ਯਾਰ ਆਪਣੇ ਘਰੇ ਰੱਖਿਆ ਸਾਨੂੰ ਨਾ ਰਹਿਸ਼ ਦਿੱਤੀ ਬਾਹਰ ਇੰਨਾ ਮੀ ਪਈਆਂ ਦਾ ਹਾਂ ਵੀ ਕੀ ਗੱਲ ਕਰਦੇ ਨੇ ਅਸੀਂ ਇਹਨਾਂ ਨੂੰ ਸਾਡਾ YouTube ਦਾ ਚੈਨਲ ਦਿੱਤਾ ਵੀ ਸਾਡਾ YouTube ਦਾ ਚੈਨਲ ਹੈ ਤੇ ਫਿਰ ਟਰਸਟ ਕਰਕੇ ਇਹਨਾਂ ਸਾਨੂੰ ਘਰੇ ਰੱਖ ਲਿਆ ਆਪਦੇ ਤੇ ਕੱਲ ਨੂੰ ਆਪਣਾ ਸਫ਼ਰ ਅੱਗੇ ਵਧਾਵਾਂਗੇ ਇੱਥੋਂ ਸਵੇਰ ਹੋ ਗਈ ਜੀ ਤੇ ਖੁਸ਼ੀ ਹਜੇ ਸੁਤੀ ਪਈਆ ਤੇ ਇਹੋ ਜਿਹਾ ਕੱਲ ਸਾਡਾ ਬੈਡਰੂਮ ਸੀਗਾ ਮੈਂ ਤੁਹਾਨੂੰ ਦਿਖਾਦਾ ਹਮੇਸ਼ਾ ਇਹ ਨਹੀਂ ਹੁੰਦਾ ਕਿ ਲਗਜ਼ਰੀ ਹੀ ਚੀਜ਼ਾਂ ਹੁੰਦੀਆਂ ਕਈ ਵਾਰ ਸਿਰ ਤੇ ਛੱਤ ਮਿਲ ਜੇ ਨਹੀਂ ਬਹੁਤ ਹੁੰਦਾ ਜਿਹੜੀ ਕਿਸਾਨ ਉਹ ਆਦਮੀ ਨੇ ਹਮੇਸ਼ਾ ਚੰਗੀਆਂ ਚੀਜ਼ਾਂ ਨਹੀਂ ਦਿਖਾਈਦੀ ਹੁੰਦੀਆਂ ਐ ਹੁੰਦਾ ਵੀ ਚੰਗੀਆਂ ਹੀ ਨਹੀਂ ਦਿਖਾਈ ਜਾਣੀਆਂ ਮਾੜੀਆਂ ਵੀ ਸਾਰਾ ਕੁਝ ਟਰੈਵਲਿੰਗ 'ਚ ਦਿਖਾਉਣਾ ਚਾਹੀਦਾ ਠੀਕ ਹੈ ਇਹੋ ਜਿਹੇ ਚੀਜ਼ਾਂ ਵੀ ਮਿਲਦੀਆਂ ਕਈ ਵਾਰ ਸਵੇਰ ਦੀ ਸਾਡੀ ਚਾਹ ਆ ਗਈ ਇਹ ਬੈਡਟੀ ਆ ਗਈ ਇਹਨਾਂ ਨੇ ਪਰਿਵਾਰ ਆਣੇ ਮਾਤਾ ਨੇ ਬਣਾ ਕੀਤੀ ਨਾਲ ਬਿਸਕਟ ਖੁਸ਼ੀ ਉੱਠ ਜਾਓ ਖੁਸ਼ੀ ਉੱਠ ਜਾਓ ਸਵੇਰ ਹੋ ਗਈ ਤੇ ਤੁਸੀਂ ਦੇਖੋ ਹਜੇ 6 ਵੀ ਨਹੀਂ ਵਜੇ ਇੰਨਾ ਚਾਨਣ ਹੋ ਜਾਂਦਾ ਇੱਥੇ ਤੋ ਇਹ ਰਸੂਈ ਤੇ ਸੂਰਜ ਚੜ ਜਾਂਦਾ ਹੈ ਤੇ ਹੁਣ ਅਸੀਂ ਨਿਕਲਣਾ ਹੈ ਆਪਣੇ ਅਗਲੇ ਸਫ਼ਰ ਵੱਲ ਦੇਖੋ ਚਰਨ ਹੋਏ ਪਏ ਤੇ ਇਹ ਘਰ ਸੀ ਆਪਣਾ ਸਾਰਾ ਰਾਤ ਇੱਕ ਤਾਂ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਸੀ ਲਾਈਟ ਵਗੈਰਾ ਘੱਟ ਸੀ ਨਹੀਂ ਤੇ ਉਹ ਰਾਤ ਤਾਂ ਖਾਣ ਦੇ ਚੰਗੀ ਤਰ੍ਹਾਂ ਇਹ ਕਿਚਨ ਸੀ ਜਿੱਥੇ ਬਾਰਾਤ ਖਾਣਾ ਪੀਣਾ ਬਕਾਇਆ ਸੀ ਇਹ ਅੰਮਾ ਜੀ ਸੀ ਆਪਣੀ ਇਹ ਚੁੱਲ੍ਹਾ ਸੀ ਇਹ ਰਸੋਈ ਆ ਸਾਰੀ ਥੈਂਕ ਯੂ ਬਾਏ ਬਾਏ ਇਹਨਾਂ ਨੇ ਰਹਿਣ ਲਈ ਆਪਣਾ ਘਰ ਦੇ ਤਾਂ ਕਮਰਾ ਹੋਲ ਤਾਂ ਇੰਨੀ ਬਹੁਤ ਹੈ ਤੇ ਹੁਣ ਇਹਨਾਂ ਨੂੰ 1200 ਰੁਪਏ ਦੇ ਦੇਣਾ ਸੀ ਰਹਿਣ ਦਾ ਤੇ ਰਾਤ ਜਿੰਨਾ ਕਸੀਂ ਆਪ ਕੁੱਕ ਕੀਤਾ ਸੀ ਨਾ ਇਹਨਾਂ ਦਾ ਕਹੇ ਜਿਹੜੇ ਮਰਜ਼ੀ ਦੇ ਦਿਓ ਵਧੀਆ ਲੱਗਿਆ ਫੈਮਲੀ ਨਾਲ ਮਿਲ ਕੇ ਤੇ ਹੁਣ ਬਸ ਚਾਹ ਪੀ ਕੇ ਨਿਕਲਣ ਲੱਗਦੇ ਸਾਂ ਸੜਕਾਂ ਦੇ ਹਾਲ ਦੇਖੋ ਇਧਰਲੇ ਕਿਹੋ ਜਿਹਾ ਹਾਲ ਹੈ ਅੱਲਾ ਸਾਡਾ 7-8 ਘੰਟਿਆਂ ਦਾ ਸਫਰ ਸੀਗਾ ਤੇ ਕੱਲ ਮੈਂ ਵਲੋਗਿੰਗ ਜ਼ਿਆਦਾ ਕੀਤੀ ਨਹੀਂ ਹੈਗੀ ਕਿਉਂਕਿ ਫਿਰ ਵਲੌਗ ਬਹੁਤ ਜ਼ਿਆਦਾ ਜ਼ਿਆਦਾ ਟਾਈਮ ਦਿਨਾਂ ਦੇ ਹਿਸਾਬ ਨਾਲ ਹੋ ਜਾਂਦੇ ਤੇ ਸਾਰਾ ਐਂਸੀ ਵੀ ਸਾਰਾ ਸਫਰ ਇੱਕ ਵਲੌਗ ਦੇ ਵਿੱਚ ਹੀ ਨਵੇੜ ਦੇਣਾ ਹੈਗਾ ਕੱਲ ਸਵੇਰੇ ਮਤਲਬ 7 ਵਜੇ ਚੱਲੇ ਸੀ 7-8 ਘੰਟਿਆਂ ਦਾ ਸਫਰ ਕਰਕੇ ਮੌਸਮ ਕੱਲ ਬਹੁਤ ਜ਼ਿਆਦਾ ਖਰਾਬ ਸੀ ਮੀਂਹ ਪੈ ਰਿਹਾ ਸੀ ਫਿਰ ਉਹਨਾਂ ਦੇ ਘਰੇ ਰੁੱਕ ਗਏ ਸੀਗੇ ਤੇ ਅੱਜ ਅਸੀਂ ਸਵੇਰੇ ਫੇਰ ਨਿਕਲੇ ਆ ਸਵੇਰ ਦਾ ਟਾਈਮ ਹੋਇਆ ਮੰਨ ਲਾਦਾ ਕੋਈ 7 ਵਜੇ ਆ ਹੁਣ ਐਨੀ ਤਿੱਖੀ ਧੁੱਪ ਆ ਤੇ 11 12 ਵਜੇ ਤਣੂ ਅਸੀਂ ਪਹੁੰਚ ਜਾਣਾ ਜੇ ਸੋ ਟ੍ਰੈਕ ਸ਼ੁਰੂ ਹੋਊਗਾ ਜਿਹੜੇ ਹਿਸਾਬ ਦਾ ਜ ਮੌਸਮ ਹੈ ਨਾ ਮੈਨੂੰ ਲੱਗਦਾ ਵੀ ਟ੍ਰੈਕ ਸਾਡਾ ਬਹੁਤ ਸੋਹਣਾ ਰਹੂਗਾ ਕਿਉਂਕਿ ਅਸੀਂ ਤੁਰ ਕੇ ਪਹਾੜ ਤੇ ਚੜਨੇਗਾ ਤੇ ਪਰ ਥੋੜਾ ਥੋੜਾ ਬੱਦਲ ਵੀ ਹੈ ਨਾਲ ਆਏ ਦੇਖੋ ਕਿਵੇਂ ਬੱਦਲ ਹੋਇਆ ਹੋਇਆਗਾ ਮੈਨੂੰ ਇਹ ਲੱਗਦਾ ਕਿਤੇ ਨਹੀਂ ਦੁਬਾਰੇ ਇਕੱਠੇ ਨਾ ਹੋ ਜਾਣ ਇਹ ਬਾਕੀ ਉਹਦਾ ਸਮਾਂ ਹੀ ਦੱਸੂਗਾ ਪ੍ਰਿਜਦਾ ਸੀ ਵੈਸੇ ਦੇਖਿਆਗਾ ਮੇਰੇ ਖਿਆਲ ਚ ਕੋਈ 3-4 ਚਾਰ ਦਿਨ ਬਾਅਦ ਹਨ ਜਦੋਂ ਦੇ ਅਸੀਂ ਨਾਗaland ਚ ਆਇਆ ਦੀਮਾਪੁਰ ਕਲਾ ਸੂਰੀ ਦੇਖਿਆ ਸੀ ਉਹ ਤੋਂ ਬਿਨਾ ਸੀ ਕਦੇ ਵੀ ਧੁੱਪ ਨਹੀਂ ਦੇਖੀ ਇੱਥੇ ਤੇ ਬਾਕੀ ਸਾਡਾ ਅੱਜ ਸਫਰ ਹੁਣ ਅੱਗੇ ਵਧ ਰਿਹਾਗਾ ਅੱਗੇ ਵੱਲ ਜਾ ਰਹੇ ਹਾਂ ਸੀ 4 ਕ ਘੰਟੇ ਸਾਨੂੰ ਅੱਜ ਅਜੇ ਹੋਰ ਲੱਗਣੇ ਆਗੇ ਜਿਹੜਾ ਇੱਧਰ ਦਾ ਪਿੰਡਾਂ ਵਾਲਾ ਇਲਾਕਾ ਨਾ ਇੱਧਰ ਟਰਾਂਸਪੋਰਟੇਸ਼ਨ ਦੇ ਸਾਰਨ ਵਾਲੇ ਵਧੀਆ ਨਹੀਂ ਹੈਗੇ ਤੇ ਜੇ ਤੁਸੀਂ ਟਰੈਵਲ ਕਰਨਾ ਹੈ ਤੁਹਾਨੂੰ ਘੱਟੋ ਘੱਟ ਮਤਲਬ 6 ਵਜੇ ਜਾ 6:30 ਵਜੇ ਸਵੇਰੇ ਤੁਰਨਾ ਪਊਗਾ 5:30 ਤੋਂ 6:00 ਹਾਂ 5:30 ਤੋਂ 6:30 ਜੇ ਨਾ ਤੁਸੀਂ ਇੱਕ ਵਾਰ ਸਵੇਰ ਵਾਲਾ ਸਮਾਂ ਨੰਗਾ ਲਿਆ 6:30 ਵਾਲਾ ਮੁੜ ਕੇ ਫਿਰ ਤੁਹਾਨੂੰ ਸਾਰਾ ਦਿਨ ਇਹ ਨਹੀਂ ਪਤਾ ਕੁਝ ਵੀ ਨਵੇਂਲੇ ਇਹ ਲੋਕ ਸਵੇਰੇ ਸਵੇਰੇ ਜਾਂਦੇ ਨੇ ਜਿੱਧਰ ਨੂੰ ਜਾਂਦੇ ਨੇ ਤੇ ਜੇ ਕੋਈ ਬੰਦਾ ਟੈਕਸੀ ਲੈ ਕੇ ਪਿੰਡ ਦਾ ਵੈਸ ਦਾ ਟੈਕਸੀ ਨਹੀਂ ਲੋਕਲ ਗੱਡੀਆਂ ਨੇ ਇਹ ਆਮ ਘਰਾਂ ਦੀਆਂ ਕਿ ਉਹ ਲੈ ਕੇ ਜਾਂਦੇ ਨੇ ਨਾਲ ਉਹ ਕਿਰਾਇਆ ਲੈ ਲੈਂਦੇ ਨੇ ਤੇ ਇਸ ਤਰ੍ਹਾਂ ਦੇ ਇਥੇ ਸਾਧ ਨੇ ਬੱਸਾਂ ਮੁਸਾਇਦਰ ਚੱਲਦੀਆਂ ਨਹੀਂ ਹੈਂ ਬਾਈ ਨੇ ਸਾਨੂੰ ਇੱਥੇ ਲਿਆ ਕੇ ਤਾਰਤਾ ਇਧਰਲੇ ਪਾਸੇ ਕੋਹਿਮਾ ਨਾਗaland ਦੀ ਰਾਜਧਾਨੀ ਨੂੰ ਰੋਡ ਜਾਂਦਾ ਹੈਗਾ ਸਿੱਧਾ ਤੇ ਜੇ ਮੈਂ ਦੂਜੇ ਪਾਸੇ ਤੁਹਾਨੂੰ ਇਹ ਰੋਡ ਦਿਖਾਵਾਂ ਇਧਰਲੇ ਪਾਸੇ ਇਹ ਮਨੀਪੁਰ ਦੀ ਰਾਜਧਾਨੀ ਇਮਫਾਲ ਨੂੰ ਰੋਡ ਜਾਂਦਾ ਹੈਗਾ ਤੇ ਇਹਦੇ ਹਾਈਵੇ ਤੇ ਸਾਨੂੰ ਇਹ ਨਾਮ ਹੈ ਸਖਰੇ ਕੰਪਲੈਕਸ ਤੇ ਇੱਥੇ ਸਾਡੇ ਬੈਗ ਤਾਰਤੇ ਇੱਥੋਂ ਇਹ ਟਰੈਕ ਸ਼ੁਰੂ ਹੋਊਗਾ ਪਹਾੜਾਂ ਇੱਥੋਂ ਅਸੀਂ ਪਹਾੜਾਂ 'ਚ ਚੜਾਂਗੇ ਉਧਰ ਰੱਖ ਦਿਓ ਯਾਰ ਬਾਈ ਜਾਨ ਥੈਂਕ ਯੂ ਤੇ ਸਮਾਨ ਇੱਥੋਂ ਕੋਈ ਸਾਨੂੰ ਕੱਪੜੇ-ਕੁੱਪੜੇ ਵੀ ਚੇਂਜ ਕਰਕੇ ਜਾਣੇ ਪੈਣਗੇ ਤੇ ਕੁਝ ਹੌਲਾ ਜਿਹਾ ਸਮਾਨ ਲੈ ਕੇ ਜਾਣਾ ਪਊਗਾ ਕਿਉਂਕਿ ਬੈਗ ਸਾਡੇ ਕੋਲੇ ਭਾਰੀ ਨਹੀਂ ਇੱਥੇ ਰੱਖ ਜਾਾਂਗੇ ਜਿਹੜਾ ਬਾਕੀ ਸਮਾਨ ਹੈ ਤੇ ਕੁਝ ਕ ਸਮਾਨ ਅਸੀਂ ਇੱਥੋਂ ਨਾਲ ਲੈ ਜਾਾਂਗੇ ਵੱਡੇ ਬੈਗ ਅਸੀਂ ਆਪਣੇ ਇੱਥੇ ਰੱਖ ਤੇ ਹੁਣ ਅਸੀਂ ਟਰੈਕ ਕਰਨ ਲਈ ਤਿਆਰਾਂ ਤੇ ਜਿਹੜਾ ਹੈ ਟਰੈਕ ਹੈ ਇਹ ਦੋ ਜਗ੍ਹਾ ਤੋਂ ਸ਼ੁਰੂ ਹੁੰਦਾ ਹੈਗਾ ਇੱਕ ਹੈਗਾ ਵਿਸਵੇ ਵਿਸਵੇਮਾ ਤੇ ਦੂਜਾ ਹੈਗਾ ਜਖਮਾ ਜਿਹੜਾ ਜਖਾਮਾ ਪਿੰਡ ਹੈਗਾ ਉਥੋਂ ਦਾ ਇਹ ਟਰੈਕ ਹੈ ਜਿਹੜਾ ਬਿਲਕੁਲੀ ਸੜਕ ਤੋਂ ਜਿਵੇਂ ਅਸੀਂ ਆ ਹਾਈਵੇ ਦੇ ਕਿਨਾਰੇ ਖੜੇ ਆ ਇੱਥੋਂ ਪੈਦਲੀ ਸ਼ੁਰੂ ਹੁੰਦਾ ਹੈਗਾ ਜਿਹੜਾ ਵਿਸਵੇਮਾ ਵਿਸਵੇਮਾ ਪਿੰਡ ਤੋਂ ਥੋੜਾ ਜਿਹਾ ਟਰੈਕ ਸੌਖਾ ਵਿਸਵੇਮਾ ਕੋਈ 10 12 ਕਿਲੋਮੀਟਰ ਪੈਂਦਾ ਕੋਹੇਮਾ ਤੋਂ ਤੇ ਤੁਸੀਂ ਇੱਥੇ ਤੱਕ ਆ ਜਿਓ ਇੱਥੋਂ ਆ ਗੱਡੀਆਂ ਛੱਡ ਦਿੰਦੇ ਨੇ ਉਹ ਜੀ ਇਹ ਆ ਜਿਪਸੀ ਹੈ ਨਾ ਜਾਂ ਜਿਵੇਂ ਆ ਪਿਕਅਪ ਹੈ ਇਹ ਸਾਰੀਆਂ ਆਪਾਂ ਨੂੰ ਟਰੈਕਿੰਗ ਦੇ ਪੁਆਇੰਂਟ ਤੱਕ ਛੱਡ ਦੇਣੀਆਂ ਜਿਹੜਾ ਇਹਨਾਂ ਦਾ ਕਿਰਾਇਆ ਹੈ ਇਹ 1500 ਰੁਪਏ ਲੈਂਦੇ ਨੇ ਇੱਕ ਜਾਨੇ ਦਾ ਤੇ ਆਹ ਪਿੰਡ ਦਾ ਨਾਮ ਹੈ Google ਤੇ ਪਾ ਲਿਓ ਬਾਅਦ ਚ ਚੈੱਕ ਕਰ ਲਿਓ ਜਦੋਂ ਤੁਸੀਂ ਆਉਣਾ ਹੋਊਗਾ ਇਹ ਆ ਗਿਆ ਜੀ ਵਿਸਵੇਮਾ ਉੱਪਰਲਾ ਆ ਖੁੰਜਮਾ ਮਾਓ ਮਾਓ ਪੈਂਦਾ ਹੈਗਾ ਮਨੀਪੁਰ ਚ ਮਰਮ ਵੀ ਮਨੀਪੁਰ ਚ ਬੰਦਾ ਹੈ 31 ਕਿਲੋਮੀਟਰ ਇੱਥੋਂ ਜਿਵੇਂ ਤੁਹਾਨੂੰ ਦੱਸਿਆ ਸੀ ਇਧਰਲੇ ਪਾਸੇ ਨੂੰ ਇਹ ਸਾਰਾ ਰੋਡ ਮਨੀਪੁਰ ਨੂੰ ਜਾਂਦਾ ਹੈਗਾ ਹੁਣ ਸਾਨੂੰ ਕੱਲਿਆਂ ਨੂੰ ਇੱਥੇ ਪੈਸੇ ਦੇਣੇ ਥੋੜੇ ਜਿਹਾ ਔਖੇ ਲੱਗਦੇ ਆ ਇਹ 1500 ਮੰਗਦਿਆ 1500 ਛੱਡ ਕੇ ਆਉਣਾ 1500 ਵਾਪਸ ਆਉਣਾ ਦਾ 3000 ਰੁਪਈਆ ਲੈਣਗੇ ਸਾਡੇ ਤੋਂ ਹਸਰੇ ਤੇ ਹੋਣਾ ਸੀ ਇਹਨਾਂ ਨੂੰ ਆਖਿਆਗਾ ਵੀ ਕੋਈ ਬੰਦੇ ਆ ਜਾਣਦੇ ਅਸੀਂ ਵੇਟ ਕਰ ਲੈਨੇ ਕਿਸੇ ਨੇ ਹੋਰ ਵੀ ਟਰੈਕ ਕਰਨਾ ਹੁੰਦਾ ਤੇ ਵੀ ਅਸੀਂ ਸ਼ੇਅਰਿੰਗ 'ਚ ਨਾਲ ਚਲੇ ਜਾਵਾਂਗੇ ਤੇ ਜਿਹੜਾ ਜ਼ੁਕੋ ਵੈਲੀ ਆ ਆਹਾਂ ਟਰੈਕ ਹੈਗਾ ਇਹ ਜ਼ੁਕੋ ਆ ਨਾਮ ਹੈਗਾ ਵੇਟੂ ਵੈਸੇ ਦਾ ਨਾਮ ਲਿਖਣ 'ਚ ਡਿਜ਼ੁਕੋ ਆ ਜਾਂਦਾ ਬੋਲਣ 'ਚ ਜ਼ੁਕੋ ਬੋਲਦੇ ਆ ਕੱਲਾ ਆਪਾਂ ਇੱਥੋਂ ਟਰੈਕ ਸ਼ੁਰੂ ਕਰਨਾ ਹੈ ਗੱਡੀ ਤੇ ਇਹ ਸਾਨੂੰ ਕੁਝ ਮਿੱਤਰ ਮਿਲ ਗਏ ਇਹਨਾਂ ਨੇ ਵੀ ਯੂਕੋ ਵੈਲੀ ਟਰੈਕ ਤੇ ਜਾਣਾ ਸੀ ਅਸੀਂ ਵੇਟ ਕਰਦੇ ਸਾਡੀ ਵੀ ਵੇਟ ਕਰਨ ਦੀ ਅਸੀਂ ਸਫਲਤਾ ਸਾਨੂੰ ਮਿਲ ਗਈ ਤੇ ਇਹ ਅਲੱਗ-ਅਲੱਗ ਕਾਂਸੇ ਗੋਰਖਪੁਰ ਆਸੀ ਗੋਰਖਪੁਰ ਯੂਪੀ ਯੂਪੀ ਹਾਂ ਜੈਪੁਰ ਉਹ ਰਾਜਸਥਾਨ ਤੋਂ ਬਾਈ ਮੁਜ਼ਫਫਨਗਰ ਯੂਪੀ ਮੁਜ਼ਫਫਨਗਰ ਯੂਪੀ ਜੈਪੁਰ ਇਹ ਦੋਗ ਦਾ ਆਪਣੇ ਗਵਾਂਢੀ ਵਾਸਤੇ ਤਾਂ ਸਾਰੀ ਗਵਾਂਢੀ ਨੇ ਯੂਪੀ ਔਰ ਰਾਜਸਥਾਨ ਨੇ ਹਮਾਰੇ ਨੇਬਰ ਸਟੇਟ ਹੀ ਹੈ ਤੇ ਆਈਆਈਟੀ ਦੇ ਘਾਟੀ ਦੇ ਸਟੂਡੈਂਟ ਆ ਸਾਰੇ ਇੱਥੇ ਘੁੰਮਣ ਆਏ ਆ ਸੋ ਹੁਣ ਅਸੀਂ ਸਫ਼ਰ ਅੱਗੇ ਕਾਰ ਵਾਲਾ ਸ਼ੁਰੂ ਕਰਦੇ ਆ ਆਪਣਾ ਅਗਲੇ ਪਾਸੇ ਇੱਕੋ ਹੀ ਸੀਟ ਸੀਗੀ ਉਹ ਖੁਸ਼ੀ ਨੂੰ ਦੇਤੀ ਤੇ ਪਿਛਲੇ ਪਾਸੇ ਹੁਣ ਅਸੀਂ ਸਾਰੇ ਬਹਿਨੇ ਆ ਦੇਖਦੇ ਆ ਕਿਵੇਂ ਦਾ ਰਹਿੰਦਾ ਸਫ਼ਰ ਆਪਣਾ ਗੱਡੀ ਰੱਖੋ ਜਿਆਦਾ ਥੋੜੀ ਦੂਰ ਲਿਆ ਕੇ ਗੱਡੀ ਰੋਕੀ ਐ ਤੇ ਇੱਥੇ ਰੈਸਟ ਹਾਊਸ ਵੀ ਬਣਿਆ ਹੋਇਆ ਤੇ ਟਿਕਟ ਲੈਣੀ ਪੈਂਦੀ ਐ 100 ਰੁਪਏ ਇੱਕ ਜਣੇ ਦੀ ਟਿਕਟ ਹੋਊਗੀ ਤੇ ਟਿਕਟ ਲੈ ਕੇ ਫਿਰ ਸਾਨੂੰ ਇਹ ਅੱਗੇ ਉੱਪਰ ਤੱਕ ਛੱਡੂਗਾ ਜਿਹੜਾ ਲਾਸਟ ਪੁਆਇੰਟ ਆ ਇਹਨਾਂ ਸਾਰੀ ਜਾਣਕਾਰੀ ਰੱਖਦੇ ਵੀ ਕਿੰਨੇ ਬੰਦੇ ਉੱਪਰ ਜਾ ਰਹੇ ਤੇ ਕਿੰਨੇ ਹੀਠਾਂ ਆਗੇ ਤੇ ਨਾਲ ਇਥੇ ਹੈਲਪਲਾਈਨ ਨੰਬਰ ਵਗੈਰਾ ਵੀ ਦਿੱਤੇ ਹੋਏ ਹਨ ਇਹਨਾਂ ਨੇ ਸਾਰੇ ਕਿ ਹੈਲਪਲਾਈਨ ਹੈ ਟੈਕਸੀ ਕਹਾ ਬਾ ਦੇਖੋ 8 ਕਿਲੋਮੀਟਰ ਇੱਥੋਂ 8 ਦਿੱਤਾ ਹੋਇਆ ਇਹਨਾਂ ਨੇ ਤੇ ਗਵਰਨਮੈਂਟ ਟੂਰਿਜ਼ਮ ਲਈ ਯਾਰ ਬਹੁਤ ਕੇਅਰ ਕਰਦੀ ਇੱਥੇ ਦੀ ਰਹਿਣੇ ਕੇ ਲਈ ਐਲਟੀ ਜੋ ਵੀ ਹੋਗਾ ਸੋਲਿਡਲੀ ਰਿਸਪੋਨਸੀਬਲ ਅਕਾਊਂਟਿੰਗ ਇਸ ਔਰ ਉਹ ਮਤਲਬ ਕੀ ਹੋਤਾ ਹੈ ਉਸ ਦਾ 8 ਕਿਲੋਮੀਟਰ ਉੱਪਰ ਆ ਕੇ ਇਹ ਜਗਾ ਬਣੀ ਹੋਈ ਆ ਪਾਰਕਿੰਗ ਇਹਨੂੰ ਬੋਲ ਦਿੰਦੇ ਆ ਵੈਸੇ ਤਾਂ ਮਤਲਬ ਤੁਸੀਂ ਆਪਣੀ ਗੱਡੀ ਵੀ ਇੱਥੇ ਲੈ ਕੇ ਆ ਸਕਦੇ ਹੋ ਪਰ ਮੈਂ 1% ਵੀ ਸੁਜੈਸਟ ਨਹੀਂ ਕਰੂੰਗਾ ਕਿ ਤੁਸੀਂ ਆਪਣੀ ਇੱਥੇ ਗੱਡੀ ਲੈ ਕੇ ਆਓ ਕਿਉਂਕਿ ਰਸਤਾ ਇੰਨਾ ਜ਼ਿਆਦਾ ਖਰਾਬ ਹਾਲਤ ਖਰਾਬ ਸੀ ਨਾ ਬੰਦੇ ਤਾਂ ਜੀ ਕਰਦਾ ਵੀ ਮੈਂ ਗੱਡੀ ਤਾਂ ਆਪਣੀ ਗੱਡੀ ਤਾਂ ਕੀ ਵੀ ਦੂਜੇ ਦੀ ਗੱਡੀ 'ਚ ਵੀ ਨਾ ਬੈਠਾ ਵੀ ਤੁਰ ਕੇ ਹੀ ਉੱਪਰ ਚੱਲ ਜਾ ਤੇ ਆਹ ਦੇਖੋ ਆ ਆ ਟੈਕਸੀ ਖੜੀ ਆ ਨਾਗaland ਦੀ ਆ ਤੇ ਆ ਹਰਿਆਣੇ ਦੀ ਖੜੀ ਆ ਚਾਰ ਨੰਬਰ ਬਹੁਤ سارے ਟੂਰਿਸਟ ਇੱਥੇ ਆਉਂਦੇ ਆ ਏ ਭਾਈ ਸਾਹਿਬ ਦਾ ਨੰਬਰ ਲੈ ਲਿਆ ਤੇ ਥੱਲੇ ਵੀ ਆਪਾਂ ਵੈਸੇ ਡਿਸਕ੍ਰਿਪਸ਼ਨ 'ਚ ਸ਼ੇਅਰ ਕਰ ਦਾਂਗੇ ਜਾਂ ਜਿੰਨਾ ਨਾਲ ਵੀ ਤੁਸੀਂ ਆਉਂਗੇ ਜਦੋਂ ਟਰੈਕ ਸ਼ੁਰੂ ਕਰੋਗੇ ਉਹਨਾਂ ਨਾਲ ਹੀ ਵਾਪਸ ਜਾਣਾ ਹੈ ਕੱਲ ਨੂੰ ਹੁਣ ਅਸੀਂ ਉੱਪਰ ਪਹਾੜ ਦੇ ਉਤਰਾਂਗੇ ਕੱਲ ਨੂੰ ਹੁਣ ਸਾਨੂੰ ਇਹ ਵਾਪਸ ਇੱਥੋਂ ਲੈ ਕੇ ਜਾਣਗੇ ਭਾਈ ਦੱਸਦਾ 1 ਘੰਟੇ ਦਾ ਚੜਾਈ ਹੈ ਪੂਰਾ ਉਸਕੇ ਮੈਂ ਪਲੈਨ ਹੋ ਜਾਏਗਾ ਹਾਂ ਹਾਂ ਭਾਈ ਕਹਿੰਦਾ 1 ਘੰਟੇ ਦੀ ਪੂਰੀ ਤੁਹਾਨੂੰ ਚੜਾਈ ਹੈ ਮਤਲਬ ਸਟੀਪ ਹੈ ਤੇ ਉਸ ਤੋਂ ਬਾਅਦ ਕੰਨਾ ਥੋੜਾ ਪਲੈਨ ਹੋ ਜਾਊਗਾ ਫਿਰ ਤੁਹਾਨੂੰ ਸਿੱਧਾ ਨਾਲੇ ਵਿਊ ਵਧੀਆ ਆਊਗਾ ਬਾਕੀ ਦੇਖਦੇ ਹਾਂ ਕਿਵੇਂ ਦਾ ਰਹਿੰਦਾ ਸਫਰ ਤੇ ਸ਼ੁਰੂ ਕਰਨ ਇਥੋਂ ਇਹ ਟਰੈਕ ਸ਼ੁਰੂ ਹੋ ਗਿਆ ਤੇ ਆ ਨਿੱਕੇ ਨਿੱਕੇ ਬੈਗ ਰੱਖਿਆ ਸੀ ਸਿਰਫ ਦੋ ਬਾਕੀ ਵੱਡੇ ਬੈਗ ਉੱਥੇ ਰੱਖਿਆਏ ਸੀਗੇ ਤੇ ਸੜਕਾ ਜੇ ਵਧੀਆ ਰਸਤਾ ਵਧੀਆ ਬਣਿਆ ਹੋਇਆ ਬਾਕੀ ਉੱਪਰ ਜਾ ਕੇ ਦੇਖਦੇ ਆ ਕਿਵੇਂ ਦਾ ਉਹ ਆ ਥੋੜੇ ਥੋੜੇ ਨਾ ਬਾਸ ਹੈ ਜਿਹੜੇ ਦੋਨੇ ਪਾਸੇ ਤੁਹਾਨੂੰ ਦਿਖ ਰਹੇ ਆ ਤੇ ਸੂਰਜ ਸਾਡੇ ਨਾਲ ਲੁਕਣ ਮਿੱਚੀ ਖੇਡ ਰਿਹਾ ਕਦੇ ਬਾਹਰ ਆ ਜਾਂਦਾ ਹੈ ਕਦੇ ਬੱਦਲ ਆ ਜਾਂਦਾ ਥੋੜੀਆਂ ਥੋੜੀਆਂ ਨਾ ਜਾਨਵਰਾਂ ਦੀਆਂ ਆਵਾਜ਼ਾਂ ਸੁਣਨ ਲੱਗੀਆਂ ਜਿਵੇਂ ਜਿਵੇਂ ਅਸੀਂ ਉੱਪਰ ਆਈ ਜਾਂਦੇ ਹਾਂ ਜਿਵੇਂ ਹਰ ਕਿਤੇ ਟਰੈਕ ਤੇ ਸੁਣਦੀਆਂ ਹਨਾ ਤੇ ਹਾਈ ਆਈਟੀ ਵਾਲੇ ਬਾਈਸ ਜਿਹੜੇ ਉਹ ਸਾਡੇ ਤੋਂ ਅੱਗੇ ਲੰਘ ਗਏ ਕਾਫੀ ਅਸੀਂ ਹੌਲੀ ਹੌਲੀ ਆਰਾਮ ਨਾਲ ਤੁਰੇ ਜਾਂਦੇ ਆ ਰਸਤੇ 'ਚ ਨਾ ਥਾਂ ਥਾਂ ਤੇ ਬੋਰਡ ਲੱਗੇ ਮਿਲਦੇ ਆ ਕਿ ਇੱਧਰ ਨੂੰ ਟਰੈਕ ਹੈ ਕਿਤੇ ਕੋਈ ਬੰਦਾ ਗਲਤ ਨਾ ਚੱਲ ਜੇ ਬਾਕੀ ਖਾਣ ਪੀਣ ਦਾ ਕੁਝ ਵੀ ਨਹੀਂ ਮਿਲਦਾ ਰਾਹ 'ਚ ਜਿੰਨਾ ਕੁਝ ਹੋਊਗਾ ਆਪਦਾ ਥੱਲੋਂ ਕੈਰੀ ਕਰਕੇ ਲਿਆਇਓ ਕੋਚਾ ਤੱਕ ਪਹਿਲਾਂ ਪੱਧਰਾ ਸੀਗਾ ਤੇ ਹੁਣ ਇਹ ਸਟੈਪਸ ਸ਼ੁਰੂ ਹੋ ਗਈਆਂ ਪੌੜੀਆਂ ਚੜੀਆਂ ਨੇ ਜਾਂ ਪੱਥਰਾਂ ਉੱਤੋਂ ਹੀ ਚੜੀਆਂ ਨੇ ਬਾਕੀ ਤਾਂ ਠੀਕ ਐ ਇਕੱਲਾ ਇਹ ਲੱਗਦਾ ਵੀ ਜੇ ਮੀਂਹ ਆ ਗਿਆ ਫੇਰ ਸਾਡਾ ਕੀ ਬਣੂਗਾ ਫੇਰ ਬਹੁਤ ਔਖਾ ਹੋ ਜਾਊਗਾ ਚੜਨਾ ਤੇ ਬਾਕੀ ਇੱਥੇ ਕੋਈ ਛੱਤ ਵੀ ਨਹੀਂ ਹੈਗੀ ਜਿੱਥੇ ਅਸੀਂ ਰੁਕ ਜਾਈਏ ਖੜ ਜਾਈਏ ਇਸ ਟ੍ਰੈਕ ਦੀ ਸਾਰੀ ਚੜਾਈ ਹੈਗੀ ਆ 2700 ਮੀਟਰ ਸਾਰੀ ਦੀ ਸਾਰੀ ਚੜਾਈ ਇਹਨਾਂ ਨੇ ਇੱਥੇ ਹੀ ਲਾ ਦਿੱਤੀ ਕਿਉਂਕਿ ਅੱਗੇ ਤਾਂ ਦੱਸਿਆ ਸੀ ਪਲੇਨ ਰਸਤਾ ਜਾਂਦਾ ਓ ਮਾਈ ਗਾਡ ਇਟਸ ਸੋ ਹਾਰਡ ਅੱਧੇ ਘੰਟੇ ਦੀ ਹਾਈਕਿੰਗ ਦੇ ਬਾਅਦ ਅਸੀਂ ਲਗਭਗ ਹਾਫ ਪੁਆਇੰਟ ਤੇ ਪਹੁੰਚ ਗਏ ਇਥੋਂ ਬਹੁਤ ਦੂਰ ਤੱਕ ਥਿਊ ਵਿਖਦਾ ਉੱਪਰੋਂ ਤਾਂ ਕਹਿੰਦੇ ਵੀ ਕੋਹਮਾ ਵੀ ਦਿਖੂਗਾ ਸਾਰਾ ਤੇ ਆਵਾਜ਼ ਥੋੜੀ ਥੋੜੀ ਸੁਣ ਰਹੀ ਐ ਹੋ ਸਾਡੇ ਬੰਦੇ ਵੀ ਨੇੜੀ ਐ ਅੱਗੇ ਜਾਈ ਜਾਂਦੇ ਆ ਸਾਡੇ ਤੇ ਇੱਥੇ ਲਿਖਿਆਗਾ ਹਾਰਸ਼ ਫਾਰ ਦੀ ਸਮਿਟ ਇਜ਼ ਜਸਟ ਸਮ ਫਿਊ ਸਟੈਪਸ ਮੋਰ ਤੇ ਥੋੜੇ ਦੂਰ ਰਹਿ ਗਿਆ ਉੱਪਰ ਜਦੋਂ ਨਾ ਉੱਪਰ ਤੁਹਾਨੂੰ ਖੁੱਲਾ ਅਸਮਾਨ ਦੇਖਣ ਲੱਗ ਜੇ ਫਿਰ ਐ ਸਮਝ ਲੈ ਵੀ ਪਹਾੜ ਖਤਮ ਹੋਣ ਵਾਲਾ ਤੇ ਅਸੀਂ ਪਹੁੰਚਣ ਵਾਲੇ ਆ ਲੈ ਵੀ ਬਿਲਕੁਲ ਬੱਦਲਾਂ 'ਚ ਪਹੁੰਚ ਗਏ ਅਸੀਂ ਤਾਂ ਮੈਨੂੰ ਇਹ ਲੱਗਦਾ ਜਿਹੜਾ ਲਾਸਟ ਵਿਊ ਪੁਆਇੰਟ ਜਿੱਥੋਂ ਅੱਗੇ ਪਲੇਨ ਸ਼ੁਰੂ ਹੋ ਜੋ ਨੇੜੀ ਐ ਪਹਾੜ ਦੇ ਆ ਟੀਸੀ ਹੈ ਆ ਪਹਾੜ ਤੋਂ ਆ ਬੱਦਲ ਦੇਖੋ ਕਿਵੇਂ ਤੁਰੇ ਫਿਰਦੇ ਸਾਡੇ ਵਾਲੇ ਤੋਂ ਵਾਲੇ ਬਾਕੀ ਯਾਰ ਇੱਕ ਗੱਲ ਹੋਰ ਹੈ ਵੀ ਨਾਲ ਤੁਹਾਡੇ ਬੰਦੇ ਹੋਣ ਨਾ ਤਾਂ ਚੰਗਾ ਜਿਵੇਂ ਉਹ ਬਾਈ ਸਾਡੇ ਅੱਗੇ ਅੱਗੇ ਤੁਰੇ ਜਾਂਦੇ ਆ ਵਧੀਆ ਬੰਦਾ ਸੇਫ ਸਿਕਯਰ ਜਾਂ ਰਹਿੰਦਾ ਹੈ ਨਾ ਆਦਰਵਾਈਜ਼ ਜਿਵੇਂ ਦੋਨਿਆਂ ਦੇ ਮਨ ਲੱਗਦਾ ਸਾਨੂੰ ਡਰ ਲੱਗਦਾ ਇਕੱਲੇ ਆਉਂਦਿਆਂ ਨੂੰ ਇਹ ਅਸੀਂ ਪਹੁੰਚ ਗਏ ਆਲਮੋਸਟ ਹਾਫ ਪੁਆਇੰਟ ਤੇ ਇਹ ਟਰੈਕ ਦੇ ਹਾਫ ਪੁਆਇੰਟ ਅੱਗੇ ਤਾਂ ਕਦੇ ਹਬੀ ਨਹੀਂ ਨਹੀਂ ਜੇ ਅਗੇ ਹਾਈਕਿੰਗ ਤਾਂ ਖਤਮ ਹੋ ਗਿਆ ਨਾ ਉੱਪਰ ਸੇ 뷰 ਕੈਸਾ ਹੈ ਵਾਹ ਕਿਆ ਬਾਤ ਹੈ ਅਜੇ ਮੈਨਾਂ ਦਾ ਕੱਲੋਂ ਜਿਆਦਾ ਸੋਹਣਾ ਦੇਖੂਗਾ ਜਦੋਂ ਵਾਪਸ ਆਵਾਂਗੇ ਤੁਹਾਨੂੰ ਅਗਲੇ ਵਲੌਗ ਚ ਉਹ ਥੱਲੋਂ ਆਇਆ ਸੀ ਬਿਲਕੁਲ ਬੱਦਲ ਦੇਖੋ ਕਿਵੇਂ ਥਰੇ ਫਿਰਦੇ ਆ ਸਾਡੇ ਕੋਲੇ ਇੱਥੇ 10 ਮਿੰਟ ਖੜ੍ਹਦੇ ਆ ਹੇ ਦਮ ਲੈਨੇ ਆ ਫਿਰ ਚੱਲਾਂਗੇ ਅੱਗੇ ਸਾਨੂੰ ਇੱਥੇ ਤੱਕ ਪਹੁੰਚਣ ਦਾ ਆਲਮੋਸਟ 1 ਘੰਟਾ ਲੱਗਿਆ ਹੈ ਤੇ ਜਿਵੇਂ ਥੱਲੋਂ ਦੱਸਿਆ ਸੀਗਾ ਕਿ ਤੁਸੀਂ ਪੂਰੇ 1 ਘੰਟੇ ਚ ਪਹੁੰਚੋਗੇ ਸਹੀ ਟਾਈਮ ਤੇ ਅਸੀਂ ਪਹੁੰਚਾਂਗੇ ਤੇ ਖਾਣ ਪੀਣ ਦਾ ਸਮਾਨ ਥੱਲੋਂ ਅਸੀਂ ਥੋੜਾ ਬਹੁਤ ਲੈਂਦਾ ਸੀ ਬਿਸਕਟਸ ਲੈਂਦੇ ਸੀ ਤੇ ਐਪੀ ਫਿਜ ਵਗੈਰਾ ਤੇ ਇਦੋਂ ਜ਼ਿਆਦਾ ਤੁਸੀਂ ਕੈਰੀ ਵੀ ਨਾ ਕਰਿਓ ਕਿਉਂਕਿ ਭਾਰ ਥੋੜੇ-ਮੋਢਿਆਂ 'ਤੇ ਚੱਕਣਾ ਹੁੰਦਾਗਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਖੁਸ਼ੀ ਹਿੱਤ ਤੱਕ ਬਹੁਤ ਹਾਰਡ ਹੈ ਥੋੜੀ ਜਿਹੀ ਸਿੱਧੀ ਚੜ੍ਹਾਈ ਸੀ ਕਿਉਂਕਿ ਹਜੇ ਅਸੀਂ ਸਾਰੀ ਉਹ ਸਿੱਧੀ ਚੜ੍ਹਾਈ ਸੀ ਪੱਲਾ ਉਹ ਪਤਾ ਕੀ ਸੀਗਾ ਇਤੋਂ ਅੱਗੇ ਜਿਹੜਾ ਪਹਾੜਾਂ ਦਾ ਵਿਊ ਆ ਇੱਧਰ ਦੇਖੋ ਤੁਹਾਨੂੰ ਦਿਖਦਾ ਹੋਣਾ ਨਾ ਥੋੜਾ ਥੋੜਾ ਬਿਲਕੁਲ ਚੇਂਜ ਹੋ ਜਾਊਗਾ ਤਾਂ ਹੀ ਕਰਕੇ ਅੱਗੇ ਪਲੇਨ ਹੈਗਾ ਅੱਗੇ-ਅੱਗੇ ਵਲੌਗ 'ਚ ਵੈਸੇ ਤੁਹਾਨੂੰ ਦੇਖਣ ਨੂੰ ਮਿਲੂਗਾ ਤਾਂ ਹੀ ਅੱਗੇ ਚੜ੍ਹਾਈ ਨਹੀਂ ਹੈਗੀ ਸਿਰਫ ਇੱਥੇ ਤੱਕ ਚੜ੍ਹਾਈ ਸੀ ਜਿੰਨੀ ਸਟੇਪ ਸੀਗੀ ਬਸ ਕੁਝ ਅੱਗੇ ਰਿਲੈਕਸ ਹੋ ਕੇ ਆਰਾਮ ਨਾਲ ਤੁਰੇ ਚੱਲਾਂਗੇ ਠੀਕ ਹੈ ਤੇ ਇਹਨਾਂ ਨੂੰ ਇਹਨਾਂ ਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੂਗਾ ਇਹ ਪਹਾੜਾਂ 'ਚ ਨਾ ਮੌਸਮ ਐ ਬਦਲਦਾ ਹੁੰਦਾ ਤੇ ਹੁਣ ਤੁਸੀਂ ਥੋੜਾ ਟਾਈਮ ਹੀ ਪਹਿਲਾਂ ਦੇਖਣਾ ਕਿੰਨਾ ਕਲੀਅਰ ਸੀ ਮੌਸਮ ਤੇ ਹੁਣ ਸਾਨੂੰ ਐ ਕਿਤੇ بارش ਨਾ ਹੋਣ ਲੱਗ ਜੇ ਜੇ ਮੀਂਹ ਪੈਣ ਲੱਗਿਆ ਸਾਡੇ ਲਈ ਟਰੈਕ ਬਹੁਤ ਔਖਾ ਹੋ ਜਾਣਾ ਹੈ ਤੇ ਹੁਣ ਅਸੀਂ ਛੇਤੀ ਛੇਤੀ ਇੱਥੋਂ ਨਿਕਲਣ ਲੱਗਦੇ ਹਾਂ ਵਾਹ ਯਾਰ ਕਿਆ ਬਾਤ ਹੈ ਇੱਕਦਮ ਨਾ ਸਾਰਾ ਨੇਚਰ ਚੇਂਜ ਹੋ ਗਿਆ ਕੁਦਰਤ ਬਦਲ ਗਈ ਇੰਨਾ ਸੋਹਣਾ ਵਿਊ ਹੈ ਨਾ ਦੋਨੇ ਪਾਸੇ ਤੇ ਪਹਿਲਾਂ ਕਦੇ ਨਹੀਂ ਦੇਖਿਆ ਇਹ ਜਿਵੇਂ ਸਾਨੂੰ ਥੱਲੋਂ ਦੱਸ ਕੇ ਤੋਰਿਆ ਸੀ ਨਾ ਬਿਲਕੁਲ ਉਵੇਂ ਦਾ ਨੇਚਰ ਹੈ ਸਹੀ ਕੰਟੇ ਉਪਰ ਚੜਨ ਲੱਗੇ ਸੀ ਤੇ ਹੁਣ ਬਿਲਕੁਲ ਪਲੇਨ ਹੋ ਗਿਆ ਅਜੇ ਅੱਗੇ ਅੱਗੇ ਦੇਖਿਓ ਮਤਲਬ ਕਿਹੋ ਜਿਹਾ ਸਵਰਗ ਆਊਗਾ ਉਹ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲੇਗਾ ਅੱਜ ਤਾਂ ਅਸੀਂ ਬਿਲਕੁਲ ਪਹੁੰਚਣਾ ਹੈਗਾ ਇੱਥੋਂ ਦੇ ਸਿਸਟਮ ਦੇ ਸਰਕਾਰ ਦੇ ਜਾਂ ਲੋਕਾਂ ਦੇ ਮੈਂ ਇਸ ਗੱਲ ਕਰਕੇ ਹੈਰਾਨ ਹਾਂ ਵੀ ਤੁਸੀਂ ਦੇਖੋ ਰਾਹ ਰਸਤੇ ਬੰਦ ਕੀਤੇ ਹੋਏ ਰਹਿੰਦੇ ਨੇ ਤਾਂ ਖਰਾਬ ਹੋ ਗਿਆ ਹੁਣ ਤੇ ਬੰਦ ਹੈ ਹੁਣ ਇੱਥੇ ਥੱਲੇ ਉਤਰਨਾ ਬੋ ਜਗ੍ਹਾ ਜਗ੍ਹਾ ਤੇ ਯਾਰ ਤੁਹਾਨੂੰ ਸਾਈਨ ਮਿਲਦੇ ਇਥੇ ਜਿੱਧਰ ਪਹਿਲਾਂ ਰਸਤਾ ਬੰਦ ਕੀਤਾ ਹੋਇਆ ਸੀ ਨਾ ਕਿਸੇ ਟਾਈਮ ਇੱਧਰ ਪੋਲ ਬਣਿਆ ਹੋਣਾ ਪਹਾੜਾਂ ਉੱਪਰ ਦੀ ਹੁਣ ਇੱਥੇ ਖਾਈ ਆ ਉਹ ਟੁੱਟ ਗਿਆ ਹੁਣ ਇਹ ਨਾ ਪਹਾੜ ਮਨੀਪੁਰ ਸਟੇਟ ਤੱਕ ਲੱਗਦੇ ਆ ਨਾਗਾ لینڈ ਚ ਹੁਣ ਅਸੀਂ ਤੁਰੇ ਜਾਂਦੇ ਆ ਜਿਹੜਾ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਨਾਗਾ لینڈ ਤੇ ਮਨੀਪੁਰ ਦਾ ਜਿਹੜਾ ਬਾਰਡਰ ਆ ਪਹਾੜਾਂ ਦੇ ਬਿਲਕੁਲ ਵਿੱਚੋਂ ਵਿੱਚ ਤੁਰ ਕੇ ਤੁਰ ਕੇ ਹਨ ਅਸੀਂ ਉੱਥੇ ਤੱਕ ਪਹੁੰਚਣਾ ਜਿੱਥੇ ਬਿਲਕੁਲ 0 ਪੁਆਇੰਟ ਆ ਗਿਆ ਮਨੀਪੁਰ ਸ਼ੁਰੂ ਹੋ ਗਿਆ ਅਸੀਂ ਉੱਥੋਂ ਵਾਪਸ ਮੁੜ ਕੇ ਆਉਣਾ ਹੈਗਾ ਹਰ ਜਗ੍ਹਾ ਦੀ ਨਾ ਆਪੋ ਆਪਣੀ ਖੂਬਸੂਰਤੀ ਆ ਜਿਵੇਂ ਤੁਸੀਂ ਸਾਡੇ ਬਲੌਗਸ ਰਾਹੀਂ ਕਾਫੀ ਸਾਰੇ ਪਹਾੜ ਦੇਖੇ ਹੋਣਗੇ ਤੁਸੀਂ ਦੇਖੋ ਕਿਤੇ ਡੇਜ਼ਰਟ ਹੁੰਦਾ ਕਿਤੇ ਬਹੁਤ ਜ਼ਿਆਦਾ ਹਰਿਆਲੀ ਹੁੰਦੀ ਕਿਤੇ برف ਹੁੰਦੀ ਆ ਕਿਤੇ برف ਹੁੰਦੀ ਆ ਤੇ ਇੰਨਾ ਪਹਾੜਾਂ ਦਾ ਦੇਖੋ ਤੁਸੀਂ ਜਿਹੜੇ ਨਾਗਾਲੈਂਡ ਦੇ ਪਹਾੜਾ ਹੈ ਨਾ ਉਹਨਾਂ ਦੀ ਬਿਊਟੀ ਅਲੱਗ ਆ ਯਾਰ ਤੇ ਇਹ ਹਜੇ ਪਹਿਲਾਂ ਕਦੇ ਪਹਾੜ ਨਹੀਂ ਦੇਖੇ ਅਸੀਂ ਬਿਲਕੁਲ ਹੀ ਲੱਗਦ ਰਹੇ ਹਜੇ ਤਾਂ ਜਿੱਥੇ ਅਸੀਂ ਲਾਸਟ ਡੈਸਟੀਨੇਸ਼ਨ ਤੇ ਪਹੁੰਚਣਾ ਹੈ ਨਾ ਤੇ ਉੱਥੇ ਜਾ ਕੇ ਤੁਸੀਂ ਦੇਖਿਓ ਮਤਲਬ ਉੱਥੇ ਜਾ ਕੇ ਕਿਵੇਂ ਦਾ ਹੋ ਜੂਗਾ ਅੱਦੇ ਜੇ ਵੀ ਹੋਰ ਸਾਹ ਦੇ ਨੇ ਹਨਾ ਹਾਂਜੀ ਰਸਤਾ ਨਾ ਕਿਤੇ ਕਿਤੇ ਤੁਰਨ ਨੂੰ ਬਹੁਤ ਥੋੜਾ ਹੈਗਾ ਦੋਨੇ ਪਾਸੇ ਸਾਡੇ ਇਹ ਬਨਸਪਤੀ ਹੈਗੀ ਤੇ ਉਹ ਉੱਥੇ ਜਾਣਾ ਇੱਥੋਂ ਸਾਨੂੰ ਅੱਖੀ ਦਿਖੀ ਜਾਂਦਾ ਤੁਹਾਨੂੰ ਨਹੀਂ ਦਿਖਦਾ ਹੁਣ ਪਰ ਉੱਥੇ ਪਹੁੰਚਣ ਨੂੰ ਸਾਨੂੰ ਢਾਈ ਘੰਟੇ ਹਜੇ ਹੋਰ ਲੱਗਣਗੇ ਪਹਾੜ ਦੇਖਣ ਨੂੰ ਨੇੜੇ ਲੱਗਦੇ ਹੁੰਦੇ ਆ ਵੀ ਥੋੜੀ ਦੂਰੀ ਹੈ ਪਰ ਪਹਾੜਾਂ ਨੂੰ ਚੜਨਾ ਤੇ ਤੁਰਨਾ ਹਮੇਸ਼ਾ ਹੀ ਮੁਸ਼ਕਲ ਹੁੰਦਾ ਹੈਗਾ ਸਾਡੇ ਬੰਦੇ ਵੀ ਪਿੱਛੇ ਪਿੱਛੇ ਆਈ ਜਾਂਦੇ ਆ ਉਹ ਆਗੇ ਦੇਖੋ ਯਾਰ ਵੈਲੀ ਦਾ ਨਜ਼ਾਰਾ ਦੂਰ ਤੱਕ ਸੱਚੀ ਯਾਰ ਜ਼ਿੰਦਗੀ 'ਚ ਇਸ ਤੋਂ ਖੂਬਸੂਰਤ ਥਾਂ ਨਹੀਂ ਦੇਖੀ ਇਹ ਸਭ ਕੁਝ ਨਾਗaland 'ਚ ਆ ਕੇ ਦੇਖਣਾ ਸੀਗਾ ਕਦਮ ਕਦਮ ਵੜਾਤੇ ਜਾਓ ਮੰਜ਼ਲ ਦੂਰ ਨਹੀਂ ਮੰਜ਼ਲ ਦੂਰ ਨਹੀਂ ਇਹਨੂੰ ਯਾਰ ਵਾਕਈ ਨਾਗaland ਦਾ ਸਵਰਗ ਕਹਿੰਦੇ ਆ ਐਵੇਂ ਨਹੀਂ ਇਹਨੂੰ ਸਵਰਗ ਦਾ ਨਾਮ ਦਿੱਤਾ ਹੋਇਆ ਬਾਲਾ ਜਿਆਦਾ ਸੋਹਣੇ ਵਾਲਾ ਦੁਆਲਾ ਇਹ ਰਹੇ ਲੱਗਦਾ ਜਿਵੇਂ ਕੁਦਰਤ ਨੇ ਆਪ ਕੁਝ ਖਾਸ ਪੇਂਟਿੰਗ ਕੀਤੀ ਹੋਵੇ ਸਾਰੇ ਕਿਤੇ ਹਨ ਜਿਵੇਂ ਆਪਣੇ ਕਣਕ ਦੇ ਢੇਰ ਨਹੀਂ ਲੱਗਿੰਦੇ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਹਾਂ ਅੱਜ ਤਾਂ ਲਾਸਟ ਪੁਆਇੰਟ ਹੈ ਉਹ ਪਤਾ ਨਹੀਂ ਕਿਹੋ ਜਿਹਾ ਅੱਖਾਂ ਠਾਰੂਗਾ ਸਾਨੂੰ ਤਾਂ ਇਹ ਸੀਗਾ ਵੀ ਸਾਨੂੰ ਰਸਤੇ 'ਚ ਕੋਈ ਮਿਲਣਾ ਹੀ ਨਹੀਂ ਪਰ ਮਿਲਣ ਲੱਗੇ ਉੱਪਰੋਂ ਬੰਦੇ ਆ ਜਾਂਦੇ ਕਿੰਨਾ ਟਾਈਮ ਲੱਗੇਗਾ ਔਰ ਕਿੰਨਾ ਸਫਰ ਨਾਟ ਸੋ ਫਾਰ ਪਹਾੜਾਂ ਚ ਹੀ ਕਹਿੰਦੇ ਹੁੰਦੇ ਆ ਹਾ ਵਨਾਰ ਵਨਾਰ ਹਾ ਵਨਾਰ ਓਕੇ ਥੈਂਕ ਯੂ ਚਲੋ ਖੁਜੀ ਪਹੁੰਚ ਗਏ ਪਹੁੰਚ ਗਏ ਬਸ ਖਿੱਚੀ ਚਲੋ ਕੰਮ ਲੈ ਹੁਣ ਐ ਜੇ ਹੋਇਆ ਵੀ ਬੰਦੇ ਮਿਲ ਲਾਗੇ ਉੱਪਰ ਵੀ ਹੈਗੇ ਰੌਣਕ ਮੇਲਾ ਹੈ ਖੁਸ਼ੀ ਕੰਨ ਸੀ ਪਹਿਲਾਂ ਕਹਿੰਦੇ ਮੈਂ ਹੀ ਕੱਲੀ ਕੁੜੀ ਆ ਪਰ ਬਹੁਤ ਸਾਰੀਆਂ ਕੁੜੀਆਂ ਆ ਰਹੀਆਂ ਟਰੈਕ ਕਰਕੇ ਯਾ ਯਾ ਹੌਸਟੇਟਰੀ ਡਾਰਮਟਰੀ ਕਹਿੰਦੇ ਉੱਪਰ ਸਾਨੂੰ ਰਹਿਣ ਨੂੰ ਮਿਲ ਜਾਊਗਾ ਸਾਰਾ ਕੁਝ ਡਾਰਮਟਰੀ ਵਗੈਰਾ ਚਲੋ 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 ਮੀਂਹ ਸ਼ੁਰੂ ਹੋ ਗਿਆ ਬਈ ਰੇਨ ਕੋਟ ਪਾਉਣੇ ਸ਼ੁਰੂ ਕਰਤੇ ਜਿਹੜੇ ਬੰਦੇ ਥੱਲੇ ਜਾ ਰਹੇ ਇਹਨਾਂ ਦਾ ਸਫ਼ਰ ਲੰਬਾ ਹੈ ਹਮ ਤਾਂ ਅਭੀ ਪਹੁੰਚ ਗਏ ਆਵਣੇ ਜਿਆਦਾ ਦੂਰ ਜਾਣਾ ਹੈ ਅਸੀਂ ਪਹੁੰਚਣ ਵਾਲੇ ਆ ਸਾਨੂੰ ਆਇਆ ਮੀਂਹ ਤੋਂ ਪਹਿਲਾਂ ਪਹਿਲਾਂ ਅਸੀਂ ਪਹੁੰਚ ਜੇ ਨਹੀਂ ਫਿਰ ਭਿੱਜ ਜਾਗੇ ਸਾਰੇ ਤੇ ਕੁਛ ਐ ਆ ਚੀਜ਼ਾਂ ਕੱਪੜੇ ਦੇ ਨਾਲ ਲੱਗਣਗੀਆਂ ਬਹੁਤ ਭਾਂ ਦੇਣੀਆਂ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਬਈ ਤੇ ਆ ਉੱਪਰੋਂ ਅਸੀਂ ਆਈ ਦੀ ਛੱਤ ਥੱਲੇ ਖੜੇ ਆ ਜਿਹੜੇ ਵੱਡੇ ਵੱਡੇ ਬਾਸ ਹੈ ਤੇ ਥੱਲੇ ਛਤਰੀ ਖੋਲੀ ਆ ਤੇ ਜੇ ਇੱਥੇ 2 ਮਿੰਟ ਮਤਲਬ ਭਿੱਜਣ ਤੋਂ ਅਸੀਂ ਬਚ ਸਕੀਏ ਤੇ ਮੈਨੂੰ ਲੱਗਦਾ ਨਹੀਂ ਵੀ ਅਸੀਂ ਅੱਜ ਧੁਰ ਪਹੁੰਚਾਂਗੇ ਭਿੱਜਾਂਗੇ ਸਾਰੇ ਤੇ ਸਾਡੇ ਬੰਦੇ ਵੀ ਪਹੁੰਚ ਗਏ ਸਾਰਿਆਂ ਨੇ ਛਤਰੀਆਂ ਖੋਹ ਰੱਖੀਆਂ ਸੀ ਜਿਹੜਾ ਇੱਥੋਂ ਦਾ ਮੌਸਮ ਹੈ ਨਾ ਬਹੁਤ ਜ਼ਿਆਦਾ ਅਨਪ੍ਰੇਡਿਕਟੇਬਲ ਆ ਤੇ ਹੁਣ ਤੁਸੀਂ ਦੇਖ ਲਓ ਮੀਂਹ ਹਟ ਗਿਆ ਇੱਕਦਮ ਇੰਨਾ ਜ਼ੋਰ ਆਇਆ ਜ਼ੋਰ ਨਾਲ ਆਇਆ ਸੀਗਾ ਪਰ ਹੁਣ ਜਿਹੜਿਆ ਸਾਈਡ ਤੇ ਬਨਸਪਤੀ ਇਹ ਨਹੀਂ ਸਾਨੂੰ ਗਿੱਲਾ ਕਰ ਰਹੀ ਹੈ ਕਿਉਂਕਿ ਇਹ ਸਾਰਾ ਮਤਲਬ ਘਾਹ ਜਿਹੜਾ ਇਹ ਗਿੱਲਾ ਹੋ ਗਿਆ ਤੇ ਨਾਲ-ਨਾਲ ਹੁਣ ਸਾਨੂੰ ਭਈ ਜਾਂਦਾ ਇਹ ਬੱਲੇ ਬੱਲੇ ਇੰਨੀ ਰੌਣਕ ਲੱਗਦੀ ਆ ਉੱਪਰ ਹੈ ਖੁਜੀ ਸ਼ੁਰੂ-ਸ਼ੁਰੂ ਜਾ ਪਹੁੰਚ ਰਹੀ ਜਾਂਦੇ ਸੀ ਵੀ ਆਪਾਂ ਕੱਲੇ ਆ ਬੜੀ ਰੌਣਕ ਲੱਗਦੀ ਆ ਇਹ ਤਾਂ ਬੜੇ ਜਣੇ ਹੁੰਦੇ ਆ ਪਰ ਮੈਨੂੰ ਕ੍ਰੌਕਸ ਪਾਏ ਹੋਏ ਆ ਸਹੀ ਆ ਲੈ ਵੀ ਮਿੱਤਰੋ ਇਹ ਆ ਗਿਆ ਐਂਡ ਪੁਆਇੰਟ ਆਲਮੋਸਟ ਸਹੀ 3 ਘੰਟੇ ਲੱਗੇ ਆ ਸਾਨੂੰ ਇਹ ਜਗ੍ਹਾ ਤੱਕ ਪਹੁੰਚਣ ਦੇ ਤੇ ਇੱਥੇ ਰਹਿਣ ਦਾ ਆਪਣਾ ਟਿਕਾਣਾ ਬਣਾਉਂਗਾ ਤੇ ਇੱਥੇ ਰਹਿਣਾ ਅੱਜ ਹੌਲੀ-ਹੌਲੀ ਹੋਰ ਆਪਣੇ ਪਿੱਛੇ ਯਾਤਰੀ ਆ ਜਾਣਗੇ ਕਿਉਂਕਿ ਆਪਾਂ ਤਾਂ ਬਹੁਤ ਪਹਿਲਾਂ ਟਰੈਕਿੰਗ ਇਹ ਸ਼ੁਰੂ ਕਰ ਲਈ ਸੀ ਤਾਂ ਕਰਕੇ ਜਲਦੀ ਪਹੁੰਚ ਗਏ ਆਪਾਂ ਸੋਏ ਸੀ ਆਪਣਾ ਅੱਜ ਦਾ ਵਲੌਗ ਇੱਥੇ ਇਹਨੂੰ ਕਰਦੇ ਆਂ ਸਮਾਪਤ ਨਾਗਾਲੈਂਡ ਦੇ ਸੋਹਣੇ-ਸੋਹਣੇ ਪਹਾੜਾਂ ਤੇ ਉੱਪਰ ਚੜ ਰਹੇ ਆਂ ਤੇ ਕੱਲ ਨੂੰ ਇਥੋਂ ਮਨੀਪੁਰ ਵੱਲ ਨੂੰ ਆਪਾਂ ਅੱਗੇ ਵੱਲ ਨੂੰ ਜਾਵਾਂਗੇ ਤੇ ਅਸਲ 'ਚ ਜਿਹੜਾ ਸਵਰਗ ਜਿਹਨੂੰ ਕਹਿੰਦੇ ਉਹ ਇੱਥੋਂ ਅੱਗੇ ਸ਼ੁਰੂ ਹੁੰਦਾ ਹੈ ਜਿਹੜੀ ਅਸਲ 'ਚ ਬਿਊਟੀ ਆ ਤੇ ਅੱਜ ਜਿੱਥੇ ਸਟੇ ਕਰਨੀ ਹੈ ਟੈਂਟ ਲਵਾਂਗੇ ਜਾਂ ਫਿਰ ਡਾਰਮਟਰੀ ਲਵਾਂਗੇ ਦੋਨਾਂ ਚੋਂ ਕਿੱਥੇ ਰ੍ਹਾਂਗੇ ਨਾ ਜਿੱਥੇ ਵੀ ਹੰਡਰ ਰਹੂਗੀ ਲੱਗੂ ਉੱਥੇ ਰ੍ਹਾਂਗੇ ਉਹ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲ ਜੂਗਾ ਤੇ ਹੁਣ ਸਾਡਾ ਸਵਾਗਤ ਹੋ ਰਿਹਾ ਇੱਥੇ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਤਾਂ ਦੇਖ ਕੇ ਯਕੀਨ ਨਹੀਂ ਹੁੰਦਾ ਵੀ ਇਹ ਅਸਲੀ ਹੈ ਜਾਂ ਨਕਲੀ ਹੈ ਕੁਦਰਤ ਦੀ ਰਚਨਾ ਦੇਖੋ ਕਮਾਲ ਦਾ ਲੈਂਡਸਕੇਪ ਆ ਅਸੀਂ ਗਾਹ ਤੁਰ ਜਾਨੇ ਨਾ 19 ਸੋਨਾ 19 ਜਿਆਦਾ ਖੂਬਸੂਰਤ ਹੋ ਰਹੀ ਹੈ ਤੇ ਅਸੀਂ ਹੋ ਕ੍ਰਾਸ ਸਾਈਨ ਕੋਲੇ ਜਾਣਾਗਾ ਉਹ ਉੱਥੇ ਲੱਗਿਆ ਹੋਇਆ ਸਾਹਮਣੇ ਹਾਂਜੀ ਥੱਲੇ ਆ ਬਿਲਕੁਲ ਵੈਲੀ ਸ਼ੁਰੂ ਹੋ ਗਈ ਉਹ ਥੱਲੇ ਆ ਕੇ ਇਹਨਾਂ ਦੀ ਹਾਈਟ ਵੀ ਜਿਆਦਾ ਹੋ ਜਾਂਦੀ ਹੈ ਹੈਨਾ ਪੈਰ ਨਾਲ ਪਿਆਉਲੇ ਮੁੜ ਕੇ ਸਾਰੇ ਰਾ ਗਿੱਲਾ ਪੈਰ ਉੱਪਰ ਚੜ੍ਹਨਾ ਪਊ ਬੈਲੈਂਸ ਬਣਾ ਕੇ ਯੈਸ ਗੁੱਡ ਸ਼ਾਬਾਸ਼ ਬਾ ਪਹੁੰਚ ਗਏ ਪਹੁੰਚ ਗਏ ਹੁਣ ਦਾ ਸਾਹਮਣੇ ਵਾਲੇ ਪਾਸੇ ਨਾ ਤੁਸੀਂ ਬੱਦਲਾਂ ਦੀ ਸ਼ੈਡੋ ਦੇਖੋ ਪਹਾੜਾਂ ਤੇ ਪੈ ਰਹੀ ਲਦਾਖ ਚ ਜਾਂ ਸਪਿਤੀ ਵੈਲੀ ਚ ਇਹੋ ਜਿਹਾ ਕੁਝ ਦੇਖਦੇ ਹੁੰਦੇ ਸੀਗੇ ਤੇ ਇੱਥੇ ਵੀ ਆਉਂਦੀ ਆ